ਜਿਹੜੀ ਕੰਗਨਾ ਭੈਣ ਹੈ ਉਹ ਹਿੰਦੁਸਤਾਨ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ। ਜਿਹੜੇ ਹਲਕੇ 'ਚੋਂ ਜਿੱਤੀ ਹੈ ਉਹ ਮੰਡੀ 'ਚੋਂ, ਉੱਥੋਂ ਦੇ ਵੀ ਤੁਸੀਂ ਪਬਲਿਕ ਨੂੰ ਦੇਖ ਲਓ ਉਹ ਕਿੰਨਾ ਵਧੀਆ ਕੰਮ ਕਰ ਰਹੀ ਹੈ। ਲੋਕ ਉਹਦੇ, ਮੈਂ ਕਹਿੰਦਾ ਹਰ ਕਿਸੇ ਨੂੰ ਮਿਲ ਰਹੀ ਹੈ, ਹਰ ਕਿਸੇ ਦਾ ਕੰਮ ਵੀ ਕਰ ਰਹੀ ਹੈ। ਔਰ ਜਿਹੜੀ ਉਹ ਜਿਹੜੀ ਫਿਲਮ ਇਸ ਲਾਈਨ 'ਚੋਂ ਹੈਗੀ ਹੈ, ਔਰ ਉਹਦੀ ਕੋਈ ਵੀ ਫਿਲਮ ਉਸ ਧੀ ਦੀ ਫਲੋਪ ਨਹੀਂ ਹੋਈ। ਔਰ ਜਿਹੜੀ ਐਮਰਜੈਂਸੀ ਉਹਨੇ ਫਿਲਮ ਕੱਢੀ ਹੈ ਕੰਗਨਾ ਨੇ, ਸਾਡੀ ਭੈਣ ਨੇ, ਮੇਰੀ ਧੀ ਨੇ, ਉਹਦੇ ਵਿੱਚ ਉਹਨੇ ਦੇਖਿਆ ਇੰਦਰਾ ਗਾਂਧੀ ਜੀ ਦਾ ਰੋਲ ਅਦਾ ਕੀਤਾ ਹੈ। ਹਾਲੇ ਫਿਲਮ ਤਾਂ ਆਉਣੀ ਹੈ, 6 ਸਪਤੰਬਰ ਨੂੰ ਰਿਲੀਜ਼ ਹੋਣੀ ਹੈ, ਆਪਾਂ ਤਾਂ ਟ੍ਰੇਲਰ ਦੇਖਿਆ, ਠੀਕ ਹੈ ਜੀ। ਉਹਦੇ ਵਿੱਚ ਪਤਾ ਲੱਗ ਰਿਹਾ, ਆਉਣ ਵਾਲੇ ਬੱਚਿਆਂ ਨੂੰ ਸਗੋਂ ਦਿਖਾਓ ਫਿਲਮ ਓਨਲੀ, ਉਹਦੇ ਵਿੱਚ ਉਹਨੇ ਦੱਸਿਆ ਵੀ ਇੰਦਰਾ ਗਾਂਧੀ ਜੀ ਨੇ ਕਿਸ ਤਰ੍ਹਾਂ ਆਪਣੀ ਹਿੰਦੁਸਤਾਨ ਦੀ ਸਰਕਾਰ ਚਲਾਈ, ਸਾਰਾ ਉਹਨੇ ਦੇਸ਼ ਦਾ ਕਿਸ ਤਰ੍ਹਾਂ ਉਹਨੇ ਕੰਟਰੋਲ ਕੀਤਾ, ਉਹਨਾਂ ਨੇ ਕੀ ਕੁਛ ਕੀਤਾ ਆਪਣੇ ਦੇਸ਼ ਲਈ ਇੰਦਰਾ ਗਾਂਧੀ ਜੀ ਨੇ, ਉਹਦੇ ਵਿੱਚ ਉਹਨੇ ਪੂਰਾ ਇੰਦਰਾ ਗਾਂਧੀ ਜੀ ਦਾ ਰੋਲ ਅਦਾ ਕੀਤਾ, ਨਿਭਾਇਆ ਹੋਇਆ। ਔਰ ਬੱਚਿਆਂ ਨੂੰ ਉਹਦੇ ਵਿੱਚ ਆਉਣ ਵਾਲੇ ਜਿਹੜਾ ਆਪਣਾ ਭਵਿੱਖ ਹੈ ਉਹ ਫਿਲਮ ਦੇਖਣਗੇ ਤੇ ਉਹਨਾਂ ਨੂੰ ਬਹੁਤ ਕੁਛ ਸਮਝ ਲੱਗੇਗੀ, ਬੱਚਿਆਂ ਦਾ ਫਿਊਚਰ ਲਈ ਉਹ ਫਿਲਮ ਹੈ। ਮੈਂ ਹਰ ਕਿਸੇ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਉਹ ਫਿਲਮ ਜ਼ਰੂਰ ਦੇਖ ਕੇ ਆਓ, ਕੰਗਨਾ ਜੀ ਦੀ ਫਿਲਮ ਜ਼ਰੂਰ ਦੇਖ ਕੇ ਆਓ। ਕੰਗਨਾ ਰਣੌਤ ਇੱਕ ਮੈਂਬਰ ਪਾਰਲੀਮੈਂਟ ਨੇ, ਇੱਕ ਪਾਰਟੀ ਦੇ ਨਾਲ ਜੁੜੇ ਹੋਏ ਨੇ, ਜਦਕਿ ਜਿਹੜੀ ਫਿਲਮ ਐਮਰਜੈਂਸੀ ਇਹ ਦੂਜੀ ਪਾਰਟੀ ਦੇ ਨਾਲ ਓਪੋਜੀਸ਼ਨ ਦੇ ਨਾਲ ਜੁੜੀ ਹੋਈ ਹੈ, ਤੇ ਲੋਕ ਇਹ ਕਹਿ ਰਹੇ ਨੇ ਕਿ ਬਈ ਕੰਗਨਾ ਰਣੌਤ ਦਾ ਤਾਂ ਵਿਵਾਦਾਂ ਤੋਂ ਪੁਰਾਣਾ ਨਾਤਾ, ਉਹ ਤਾਂ ਪ੍ਰੋਪਾਗੈਂਡਾ ਰਨ ਕਰ ਰਹੇ ਨੇ। ਤੁਹਾਨੂੰ ਲੱਗਦਾ ਬਈ ਕੰਗਨਾ ਰਣੌਤ, ਤੁਸੀਂ ਮੰਨਦੇ ਹੋ ਪ੍ਰੋਪਾਗੈਂਡਾ ਰਨ ਕਰ ਰਹੇ ਨੇ? ਦੇਖੋ ਜੀ, ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਜਿਹੜੇ ਪ੍ਰਧਾਨ ਮੰਤਰੀ ਬਣ ਜਾਂਦਾ ਨਾ, ਜਿਹੜੀਆਂ ਰਾਸ਼ਟਰਪਤੀ ਦੀ ਪੋਸਟ ਹੈ, ਪ੍ਰਧਾਨ ਮੰਤਰੀ ਦੀ ਪੋਸਟ ਹੈ, ਸਪੀਕਰ ਦੀ ਪੋਸਟ ਹੈ, ਜਾਂ ਮੁੱਖ ਮੰਤਰੀ ਦੀ ਪੋਸਟ ਹੈ, ਜਾਂ ਗਵਰਨਰ ਦੀ ਪੋਸਟ ਹੈ, ਉਹਦੇ ਵਿੱਚ ਜਦੋਂ ਉਸ ਪੋਸਟ ਤੇ ਕੋਈ ਵੀ ਆਪਣਾ ਜੈਂਟਸ ਜਾਂ ਲੇਡੀਜ਼ ਕੋਈ ਉਹ ਪੋਸਟ ਤੇ ਬੈਠ ਜਾਂਦਾ ਨਾ, ਉਹਨੇ ਉਹਦਾ ਪਾਰਟੀਆਂ ਨਾਲ ਆਪਾਂ ਜੇ ਕਹਿ ਲਈਏ ਉਹਦਾ ਕੋਈ ਨਾਤਾ ਨਹੀਂ, ਉਹਨੇ ਪੂਰਾ ਦੇਸ਼ ਚਲਾਉਣਾ, ਸੀਐਮ ਨੇ, ਗਵਰਨਰ ਨੇ, ਪੂਰਾ ਸਟੇਟ ਦੇਖਣਾ। ਇਹ ਜਿਹੜੇ ਲੋਕ ਕੁਛ ਕਹਿ ਰਹੇ ਨੇ ਨਾ, ਇਹ ਦੇਖੋ ਜਿਹੜੇ ਕੱਟੜਪੰਥੀਆਂ ਨੇ, ਜਿਹੜੇ ਕੰਗਨਾ ਰਣੌਤ ਜੀ ਨੂੰ ਗਲਤ ਕਹਿੰਦੇ ਨੇ, ਇਹ ਉਹਨਾਂ ਨੇ ਤਾਂ ਬੋਲਣਾ ਹੀ ਆ, ਉਹਨਾਂ ਨੇ ਤਾਂ ਕੋਈ ਨਾ ਕੋਈ ਮੁੱਦਾ ਲੱਭਣਾ, ਬਾਕੀ ਇਹੋ ਜਿਹਾ ਉਹਦੇ ਵਿੱਚ ਮੈਟਰ ਕੋਈ ਨਹੀਂ ਹੈਗਾ। ਇੰਦਰਾ ਗਾਂਧੀ ਜੀ ਨੇ ਵੀ ਤਾਂ ਆਪਣਾ ਇੱਥੇ ਰਾਜ ਕੀਤਾ, ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਚਲਾਈ, ਬਲਕਿ ਸੇਵਾ ਕੀਤੀ ਹੈ, ਉਹਨਾਂ ਨੇ ਸੇਵਾ ਕੀਤੀ ਜਿਸ ਤਰ੍ਹਾਂ ਜੀ ਮੋਦੀ ਸਾਹਿਬ ਸੇਵਾ ਕਰ ਰਹੇ ਨੇ ਹਿੰਦੁਸਤਾਨ ਦੀ ਸਰਕਾਰ 'ਚ ਬੈਠ ਕੇ, ਇਸ ਤਰ੍ਹਾਂ ਹੀ ਇੰਦਰਾ ਗਾਂਧੀ ਜੀ ਨੇ ਸੇਵਾ ਕੀਤੀ ਹੈ। ਉਹਦਾ ਰੋਲ ਨੂੰ ਦੱਸਣਾ, ਉਹਦਾ ਪਹਿਲੇ ਯਾਦ ਕਰਨਾ ਸਾਰੇ ਸ਼ਾਸਨ ਨੂੰ ਵੀ ਕਿਸ ਤਰ੍ਹਾਂ ਉਹਨਾਂ ਨੇ ਚਲਾਇਆ, ਕੀ ਕੁਛ ਉਹਨਾਂ ਨੇ ਰੋਲ ਪਲੇ ਕੀਤਾ ਆਪਣੇ ਹਿੰਦੁਸਤਾਨ ਲਈ, ਉਹ ਤਾਂ ਦੱਸਣਾ ਜ਼ਰੂਰੀ ਹੈ ਨਾ। ਹੁਣ ਇੱਦਾਂ ਜੇ ਮੈਂ ਗੱਲ ਕਰਨਾ, ਜੇ ਆਪਾਂ ਮਨਮੋਹਨ ਸਿੰਘ ਜੀ ਬਾਰੇ ਗੱਲ ਕਰੀਏ, ਉਹਨਾਂ ਨੇ ਬਹੁਤ ਅੱਛਾ ਸ਼ਾਸਨ ਚਲਾਇਆ ਮਨਮੋਹਨ ਸਿੰਘ ਜੀ ਨੇ ਵੀ। ਆਪਾਂ ਮੋਦੀ ਸਾਹਿਬ ਦੀ ਗੱਲ ਕਰੀਏ, ਮੋਦੀ ਸਾਹਿਬ ਵੀ ਬਹੁਤ ਅੱਛਾ ਸ਼ਾਸਨ ਚਲਾ ਰਹੇ ਨੇ, ਸਾਰੇ ਲੋਕ ਖੁਸ਼ ਨੇ, ਸਾਰੇ ਗਰੀਬ ਖੁਸ਼ ਹੈ, ਸਭ ਨੂੰ ਘਰ ਮਿਲ ਗਏ, ਸਬਸਿਡੀ ਜਿਹੜੀਆਂ ਗੈਸਾਂ ਜਿਹੜੀਆਂ ਆਪਾਂ ਕਹਿ ਲਈਏ, ਸਭ ਨੂੰ ਫ੍ਰੀ ਸਿਲੰਡਰ ਮਿਲੇ ਹੋਏ ਨੇ ਸਾਰਿਆਂ ਨੂੰ। ਜਿੱਥੇ ਮੈਂ ਆਉਣਾ ਜਾਣਾ, ਸਾਡੀ 11 ਸਟੇਟਾਂ 'ਚ ਟੀਮਾਂ ਨੇ, ਸਾਡੀਆਂ ਸ਼ਿਵ ਸੈਨਾ ਹਿੰਦੀਆਂ ਲੱਗੀਆਂ ਹੋਈਆਂ, ਅਸੀਂ ਆਉਂਦੇ ਜਾਂਦੇ ਹਾਂ, ਅਸੀਂ ਸਾਨੂੰ ਸਭ ਦਾ ਪਤਾ ਵੀ ਕਿਹੜਾ ਕਿਹੜਾ ਕੀ, ਲੋਕ ਬਹੁਤ ਖੁਸ਼ ਹੈ, ਸਭ ਨੂੰ ਫੈਸਿਲਿਟੀ ਮਿਲੀ ਹੈ, ਗਰੀਬ ਦਾ ਮਕਾਨ ਜਿਹਨਾਂ ਦਾ ਨਹੀਂ ਸੀ ਉਹਨਾਂ ਦੇ ਮਕਾਨ ਬਣ ਗਏ। ਤੁਸੀਂ ਕਹਿ ਰਹੇ ਹੋ ਬਈ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਐਮਰਜੈਂਸੀ ਤੁਸੀਂ ਫਿਲਮ ਦੇਖਣ ਜਾਓਗੇ, ਆਪਣੇ ਪਰਿਵਾਰ ਨੂੰ ਲੈ ਕੇ ਜਾਓਗੇ ਫਿਲਮ ਦਿਖਾਉਣ? ਬਿਲਕੁਲ ਜੀ, ਮੈਂ ਫੈਮਿਲੀ ਸਮੇਤ ਜਾਊਂਗਾ। ਮੈਂ ਇੱਕ ਗੱਲ ਹੋਰ ਐਲਾਨ ਕਰਦਾ ਤੁਹਾਡੇ ਚੈਨਲ ਰਾਹੀਂ ਵੀ ਕਿਸੇ ਨੂੰ ਕੋਈ ਟਿਕਟ ਦੀ ਲੋੜ ਹੈ ਨਾ, ਕਿਸੇ ਨੇ ਭਰਾ ਨੇ ਭੈਣ ਨੇ ਜਾਣਾ, ਉਹਨੂੰ ਕੋਈ ਟਿਕਟ ਦੀ ਪ੍ਰੋਬਲਮ ਹੈ, ਮੈਂ ਟਿਕਟਾਂ ਮੈਂ ਉਹਨੂੰ ਫਿਲਮ ਦਿਖਾਵਾਂਗਾ, ਮੈਂ ਉਹਨੂੰ ਫ੍ਰੀ 'ਚ ਫਿਲਮ ਦਿਖਾਵਾਂਗਾ। ਹਰਕਿਰਤ ਸਿੰਘ ਖੁਰਾਣਾ ਐਮਰਜੈਂਸੀ ਫਿਲਮ ਫ੍ਰੀ ਦਿਖਾਣਗੇ ਲੋਕਾਂ ਨੂੰ? ਜਿਹੜਾ ਕੋਈ ਮੇਰੇ ਨਾਲ ਕੰਟੈਕਟ ਕਰੇਗਾ ਮੈਂ ਉਹਨੂੰ ਫ੍ਰੀ ਫਿਲਮ ਦਿਖਾਵਾਂਗੇ। ਕੋਈ ਕਿਸੇ ਕੋਈ ਕਿਸੇ ਨੇ ਭਰਾ ਨੇ ਜਾਣਾ, ਕੋਈ ਭੈਣ ਨੇ ਜਾਣਾ, ਕੋਈ ਫੈਮਿਲੀ ਨੇ ਜਾਣਾ, ਬੱਚਿਆਂ ਨੇ ਜਾਣਾ, ਮੈਂ ਫਿਲਮ ਦਿਖਾਵਾਂਗਾ ਉਹਨੂੰ, ਮੈਂ ਫ੍ਰੀ, ਕੋਈ ਪੈਸੇ ਦੀ ਲੋੜ ਹੈ ਆਪਾਂ ਉਹਨੂੰ ਆਪਾਂ ਆਪਣੀ ਪਾਰਟੀ ਵੱਲੋਂ ਉਹਨੂੰ ਦਿਖਾ ਦਾਂਗੇ, ਕੋਈ ਚੱਕਰ ਨਹੀਂ, ਮੈਂ ਆਪਣਾ ਮੈਂ ਕਰਾਂਗਾ, ਕੋਈ ਗੱਲ ਨਹੀਂ।
ਕੰਗਣਾ ਰਣੌਤ ਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਵੀ ਕੰਗਣਾ ਰਣੌਤ ਜਿਹੜੇ ਨੇ ਉਹ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ, ਲੇਕਿਨ ਉਸ ਤੋਂ ਪਹਿਲਾਂ ਦੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਮੁੰਬਈ ਦੀ ਆ ਫਿਲਮ ਇੰਡਸਟਰੀ ਦੀ, ਲੋਕ ਇਹ ਕਹਿੰਦੇ ਨੇ ਵੀ ਉਹਨਾਂ ਦੀ ਕਰਨੀ ਤੇ ਕਥਨੀ ਦੇ ਵਿੱਚ ਅੰਤਰ ਆ, ਉਹ ਕਹਿੰਦੇ ਤਾਂ ਬਹੁਤ ਕੁਛ ਨੇ ਲੇਕਿਨ ਆਪ ਜਿਹੜੇ ਨੇ ਉਹ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਨੇ ਕੰਗਣਾ ਰਣੌਤ। ਦੇਖੋ ਜੀ, ਉਹ ਇੱਕ ਫਿਲਮ ਅਦਾਕਾਰ ਹੈ ਕੰਗਣਾ ਕੱਕ, ਠੀਕ ਹੈ ਜੀ। ਉਹਨਾਂ ਨੂੰ ਹੁਣ ਜਿਹੜੀ ਫਿਲਮ ਦਾ ਰੋਲ ਪਹਿਲਾਂ ਮਿਲਦਾ ਰਿਹਾ, ਉਹਨਾਂ ਨੇ ਫਿਲਮ ਫਿਰ ਵੀ ਉਹਨਾਂ ਨੇ ਕੋਈ ਵੀ ਇਹੋ ਜਿਹੀ, ਮੈਂ ਨਹੀਂ ਜਿੰਨਾ ਤੱਕ ਮੈਂ ਉਹਨਾਂ ਦੀ ਦੇਖੀ ਹੈ, ਮੈਂ ਤਾਂ ਕੋਈ ਵਿਵਾਦ ਨਾਲ ਕੋਈ ਉਹਨਾਂ ਦਾ ਦੇਖਿਆ ਨਹੀਂ ਗਾ। ਉਹਨਾਂ ਨੇ ਜੋ ਜਿਹੜਾ ਵੀ ਕਿਰਦਾਰ ਨਿਭਾਇਆ ਉਹਨਾਂ ਨੇ ਆਪਣਾ ਉਹਨਾਂ ਨੇ ਦੱਸਿਆ। ਹੁਣ ਜਿਹੜੀ ਐਮਰਜੈਂਸੀ ਜਿਹੜੀ ਫਿਲਮ ਹੈ, ਉਹਨਾਂ ਨੇ ਇੰਦਰਾ ਗਾਂਧੀ ਜੀ ਦਾ ਪੂਰਾ ਰੋਲ ਨਿਭਾਇਆ, ਆਪਣੇ ਹਿੰਦੁਸਤਾਨ ਦੀਆਂ ਜੋ ਉੱਥੇ ਸ਼ਾਸਨ ਸੱਤਾ ਚੱਲਦੀਆਂ ਸੀ, ਸ਼ੁਰੂ ਹੋਈਆਂ ਕਾਨੂੰਨ ਸ਼ੁਰੂ ਹੋਏ, ਉਹਦੇ ਵੀ ਸਾਰਾ ਦੱਸਿਆ ਗਿਆ। ਬਾਕੀ 6 ਸਪਤੰਬਰ ਨੂੰ ਫਿਲਮ ਰਿਲੀਜ਼ ਹੋਏਗੀ, ਅਸੀਂ ਆਪ ਚੰਗੀ ਤਰ੍ਹਾਂ ਦੇਖਾਂਗੇ, ਉਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਇੰਟਰਵਿਊ ਦਿਆਂਗਾ। ਤੇ ਹੁਣ ਦੇਖੋ, ਹੁਣ ਮੈਂ ਦੂਸਰੀ ਗੱਲ ਕਰਾਂ, ਜੇ ਕਹਿੰਦੇ ਹੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੇ ਦੁਸ਼ਮਣ ਜਾਂ ਕੱਟੜਪੰਥੀ ਹਰ ਕਿਸੇ ਦੇ ਜਿਹੜੇ ਆਪਾਂ ਰਾਈਜ਼ ਕਰਦੇ ਹਾਂ ਤੇ ਕੱਟੜਪੰਥੀਆਂ ਦੁਸ਼ਮਣ ਸਾਰੇ ਬਣ ਜਾਂਦੇ ਹੁੰਦੇ ਨੇ, ਇਹਨਾਂ ਨੇ ਸਾਨੂੰ ਥੱਲੇ ਲਾਉਣਾ ਹੁੰਦਾ, ਵਿਰੋਧੀਆਂ ਨੇ, ਠੀਕ ਹੈ ਜੀ। ਹੁਣ ਲੱਖਾਂ ਲੋਕਾਂ ਨੇ ਉਹਨੂੰ MP ਦੀ ਸੀਟ ਤੋਂ ਜਿਤਾਇਆ ਕੰਗਣਾ ਰਣੌਤ ਜੀ ਨੂੰ, ਪਬਲਿਕ ਨੇ ਜਿਤਾਇਆ, ਕੋਈ ਉੱਥੇ ਹੇਰਾਫੇਰੀ ਤਾਂ ਨਹੀਂ ਹੋਈ, ਪਬਲਿਕ ਨੇ ਜਿਤਾਇਆ ਨਾ, ਪਬਲਿਕ ਨੇ ਜਿਤਾ ਕੇ ਲੱਖਾਂ ਵੋਟਾਂ ਤੇ ਜਿਤਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਇਆ, ਕਿਉਂ ਉਹਨਾਂ ਨੂੰ ਦਿੱਲੀ ਦੀ ਉੱਥੇ ਲੋਕ ਸਭਾ 'ਚ ਬਿਠਾਇਆ। ਕੰਗਣਾ ਜੀ ਅੱਛਾ ਕੰਮ ਕਰ ਰਹੇ ਨੇ, ਕੰਗਣਾ ਜੀ ਦਾ ਕੋਈ ਵੀ ਇਹੋ ਜਿਹਾ ਗਲਤ ਫਿਲਮ ਜੇ ਆਪਾਂ ਉਹਦਾ ਪਿਛੋਕੜ ਕਹਿ ਲਈਏ, ਕੋਈ ਚੀਜ਼ ਵੀ ਗਲਤ ਨਹੀਂ ਹੈਗੀ। ਪਬਲਿਕ ਨੇ ਫੈਸਲਾ ਕਰਤਾ, ਪਬਲਿਕ ਨੇ ਜਿਤਾ ਕੇ ਉਹਨਾਂ ਨੂੰ ਭੇਜਿਆ। ਹੁਣ ਵੀ ਇਸ ਫਿਲਮ 'ਚ ਇਹ ਬੱਚਿਆਂ ਦੇ ਦੇਖਣ ਵਾਲੀ ਫਿਲਮ ਹੈ, ਇਹ ਬਿਲਕੁਲ ਦੱਸਿਆ ਗਾ ਫਿਊਚਰ ਬੱਚਿਆਂ ਦਾ, ਉਹਦੇ ਵਿੱਚ ਦੇਖ ਕੇ ਬੱਚਿਆਂ ਨੂੰ ਨੌਲੇਜ ਮਿਲੇਗੀ, ਵੱਡਿਆਂ ਨੂੰ ਨੌਲੇਜ, ਸਭ ਨੂੰ ਪਤਾ ਲੱਗੇਗਾ ਵੀ ਉੱਥੇ ਕੀ ਇੰਦਰਾ ਗਾਂਧੀ ਜੀ ਨੇ ਰੋਲ ਨਿਭਾਇਆ ਸੀ, ਕੀ ਭਾਰਤ ਦੀ ਸ਼ਾਸਨ ਤੇ ਹਿੰਦੁਸਤਾਨ ਦੀ ਸ਼ਾਸਨ ਤੇ ਕੀ ਕੁਛ ਸੀਗਾ, ਉੱਥੇ ਸਾਰਾ ਕੁਛ ਅੱਛਾ ਦਿਖਾਇਆ ਗਿਆ। ਬਾਕੀ ਫਿਲਮ ਮੈਂ ਤਾਂ ਹੀ ਕਹਿੰਦਾ ਸਾਰੇ ਦੇਖੋ, ਅਸੀਂ ਖੁਦ ਹਲੇ ਦੇਖਣੀ ਆ, ਅਸੀਂ ਜੋ ਟ੍ਰੇਲਰ ਦੇਖਿਆ ਤੁਹਾਡੇ ਨਾਲ ਉਹ ਗੱਲ ਕਰ ਰਿਹਾ ਮੈਂ। ਪਬਲਿਕ ਦੇ ਫੈਸਲੇ ਦੀ ਤੁਸੀਂ ਗੱਲ ਕਰ ਰਹੇ ਹੋ, ਕੰਗਣਾ ਰਣੌਤ ਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਤੇ ਫਿਲਮ ਆ ਰਹੀ ਆ, ਫਿਲਮ ਦਾ ਫੈਸਲਾ ਵੀ ਪਬਲਿਕ ਹੀ ਕਰੇਗੀ, ਜੇ ਫਿਲਮ ਫਲੋਪ ਹੋ ਜਾਂਦੀ ਤੁਸੀਂ ਪ੍ਰਮੋਟ ਕਰ ਰਹੇ ਹੋ? ਫਲੋਪ ਹੁੰਦੀ ਨਹੀਂ, ਫਲੋਪ ਹੋਈ ਨਹੀਂ ਸਕਦੀ, ਹੋਗੀ ਫਲੋਪ ਨਹੀਂ ਹੋਏਗੀ ਜੀ, ਫਲੋਪ ਹੋਏਗੀ ਨਹੀਂ। ਉਹਦੇ ਚ ਜਿਹੜੇ ਮੈਂ ਟ੍ਰੇਲਰ ਦੇਖੇ, ਕੋਈ ਫਲੋਪ ਹੋਣ ਵਾਲਾ ਕੰਮ ਹੀ ਕੋਈ ਨਹੀਂ। ਹਿੰਦੂ ਹਰਕਿਰਤ ਖੁਰਾਨਾ ਨੂੰ ਪੂਰਾ ਵਿਸ਼ਵਾਸ ਆ ਫਿਲਮ ਹਿੱਟ ਜਾਊਗੀ ਜੀ, ਸਾਡੀ ਭੈਣ ਦੀ ਫਿਲਮ ਬਿਲਕੁਲ ਕਾਮਯਾਬ ਹੋਏਗੀ। ਫਲੋਪ ਅਸੀਂ ਵੀ ਪੂਰੀ ਉਹਦੀ ਨਹੀਂ ਹੋਣ ਦਾਂਗੇ, ਅਸੀਂ ਵੀ ਪੂਰੀ ਆਪਣੀ ਕੋਸ਼ਿਸ਼ ਪੂਰਾ ਜ਼ੋਰ ਲਾਵਾਂਗੇ, ਸਾਡੀ ਭੈਣ ਦੀ, ਸਾਡੀ ਧੀ ਦੀ, ਸਾਰੇ ਫਿਲਮ ਦੇਖਣ। ਔਰ ਉਹਦੇ ਵਿੱਚ ਬਹੁਤ ਅੱਛਾ ਦੱਸਿਆ ਗਿਆ, ਤੁਹਾਨੂੰ ਪਹਿਲਾਂ ਵੀ ਦੱਸਿਆ, ਉਹਦੇ ਤਾਂ ਆਪਣੇ ਹਿੰਦੁਸਤਾਨ ਦਾ, ਭਾਰਤ ਦਾ ਸਾਰਾ ਕੁਝ ਦੱਸਿਆ ਗਿਆ, ਸੰਵਿਧਾਨ ਬਾਰੇ ਦੱਸਿਆ ਗਿਆ, ਇੰਦਰਾ ਗਾਂਧੀ ਜੀ ਦਾ ਬਾਰੇ, ਜੋ ਉਹਨਾਂ ਨੇ ਸ਼ਾਸਨ 'ਚ ਕੀਤਾ ਹਿੰਦੁਸਤਾਨ 'ਚ, ਜੋ ਉਹਨਾਂ ਨੇ ਕਾਨੂੰਨ ਬਣਾਏ, ਜੋ ਵੀ ਉਹਦੇ ਵਿੱਚ ਦੱਸਿਆ, ਜੋ ਹਿੰਦੁਸਤਾਨ ਦੀ ਅਛਾਈਆਂ, ਸਭ ਕੁਝ ਉਹਦੇ ਵਿੱਚ ਦੱਸਿਆ।